ਕਬੀਰ ਏਕ ਮਰਨਤੇ ਦੋਏ ਮੂਏ ਦੋਏ ਮਰਨਤੇ ਚਾਰ ਚਾਰ ਮਰਨਤੇ ਛੇ ਮੂਏ ਚਾਰ ਪੁਰਖ ਦੋਏ ਨਾਰ ਕਬੀਰ ਏਕ ਮਰਨਤੇ ਦੋਏ ਮੂਏ ਦੋਏ ਮਰਨਤੇ ਚਾਰ ਚਾਰ ਮੁਰੰਤੇ ਛੇ ਮੂਏ ਚਾਰ ਪੁਰਖ ਦੋਏ ਨਾਰ ਕਬੀਰ ਦੇਖ ਦੇਖ ਜਗ ਢੁੰਡਿਆ ਕਹੂ ਨਾ ਪਾਇਆ ਠੌਰ ਕਬੀਰ ਦੇਖ ਦੇਖ ਜਗ ਢੁੰਡਿਆ ਕਹੂ ਨਾ ਪਾਇਆ ਠੌਰ ਜਿਨ ਹਰ ਕਾ ਨਾਮ ਨ ਚਿਤਿਓ ਕਹਾ ਪੁਲਾਨੇ ਔਰ ਕਬੀਰ ਸੰਗਤ ਕਰਿਐ ਸਾਧਕੀ ਅੰਤ ਕਰੈ ਨਿਰਬਾਹ ਸਾਖਤ ਸੰਗ ਨ ਕੀਜੀਐ ਜਾਂਤੇ ਹੋਏ ਬਿਨਾ ਕਬੀਰ ਜਗ ਮੈਂ ਚਿਤਿਓ ਜਾਣ ਕੈ ਜਗ ਮੈਂ ਰਿਓ ਸਮਾਏ ਜਿਨ ਹਰ ਕਾ ਨਾਮ ਨ ਚਿਤਿਓ ਬਾਦੇ ਜਨਮੇ ਆਏ ਕਬੀਰ ਆਸਾ ਕਰੀਐ ਰਾਮ ਕੀ ਅਵਰੈ ਆਸ ਨਿਰਾਸ ਨਰਕ ਪਰੇ ਤੇ ਮਾਨੈ ਜੋ ਹਰ ਨਾਮ ਉਦਾਸ ਕਬੀਰ ਆਸਾ ਕਰੀਐ ਰਾਮ ਕੀ ਅਵਰੈ ਆਸ ਨਿਰਾਸ ਨਰਕ ਪਰੇ ਤੇ ਮਨ ਨਹੀਂ ਜੋ ਹਰ ਨਾਮ ਉਦਾਸ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜਿਓ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦਾ ਨਿੱਘਾ ਧਿਆਨ ਧਰਦੇ ਆ ਦਸ਼ਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਅਸੀਸ ਬਖਸ਼ੀਸ਼ ਪਵਨ ਗੁਰੂ ਫਤਿਹ ਦੇ ਨਾਲ ਆਓ ਜੀ ਆਪਾਂ ਸਾਂਝ ਪਾਈਏ ਜੀ ਸਾਰੇ ਗੱਜ-ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਕਬੀਰ ਸਾਹਿਬ ਦੇ ਪਵਨ ਸ਼ਲੋਕਾਂ ਦੀ ਵਿਚਾਰ ਅੱਜ ਅਸੀਂ 91 ਨੰਬਰ ਸ਼ਲੋਕ ਤੋਂ ਲੈ ਕੇ ਉਹਨਾਂ ਦੇ 95 ਨੰਬਰ ਸ਼ਲੋਕ ਤੱਕ ਪੰਜਾਂ ਸ਼ਲੋਕਾਂ ਦੀ ਕਰਨੀ ਹੈ ਔਰ ਅੱਜ ਦੀ ਸਾਡੀ ਵੀਡੀਓ 19 ਨੰਬਰ ਹੈ 19 ਨੰਬਰ ਪਾਠ ਹੈ ਤੇ ਇਹ ਅਰਦਾਸ ਹੈ ਮਾਲਕ ਦੇ ਚਰਨਾਂ ਵਿੱਚ ਕਿ ਸਤਿਗੁਰੂ ਜੀ ਕਿਰਪਾ ਹੀ ਰੱਖਣ ਮੇਰ ਪ੍ਰਿਆ ਹੱਥ ਰੱਖਣ ਤਾਂ ਕਿ ਅਸੀਂ ਜਿਸ ਮਕਸਦ ਨੂੰ ਲੈ ਕੇ ਚੱਲ ਰਹੇ ਹਾਂ ਉਹ ਸਾਡਾ ਮਕਸਦ ਜਿਹੜਾ ਉਹ ਸਫਲ ਹੋਵੇ ਤੇ ਅਸੀਂ ਸਤਿਗੁਰੂ ਦੇ ਪਾਵਨ ਚਰਨਾਂ ਤੋਂ ਹਮੇਸ਼ਾ ਸਤ ਬਲਹਾਰ ਅਤੇ ਸਦਕੇ ਜਾਈਏ ਭਗਤ ਕਬੀਰ ਸਾਹਿਬ ਦੇ ਇਹ ਜਿਹੜੇ ਪੰਜ ਸਲੋਕ ਨੇ ਉਹਨਾਂ ਦੇ ਵਿੱਚ ਭਗਤ ਕਬੀਰ ਸਾਹਿਬ ਨੇ ਜੋ ਬਖਸ਼ਿਸ਼ਾਂ ਕੀਤੀਆਂ ਨੇ ਉਹਨਾਂ ਨੂੰ ਪਹਿਲਾਂ ਆਪ ਜੀ ਕਿਰਪਾ ਕਰਕੇ ਧਿਆਨ ਨਾਲ ਸੁਣੀਓ ਕਿ ਕਬੀਰ ਸਾਹਿਬ ਨੇ ਕੀ ਕਿਹਾ ਕਬੀਰ ਸਾਹਿਬ ਨੇ ਇਹਦੇ ਵਿੱਚ ਆਖਿਆ ਕਿੰਦੇ ਨੇ ਜਦੋਂ ਇਨਸਾਨ ਦਾ ਮਨ ਮਰ ਜਾਂਦਾ ਹੈ ਬਰਿਆਈ ਵੱਲੋਂ ਮਰ ਜਾਂਦਾ ਮਾੜਿਆਂ ਕੰਮਾਂ ਵੱਲੋਂ ਮਰ ਜਾਂਦਾ ਜਿਹੜੇ ਮੰਦ ਕਰਮ ਨੇ ਮੰਦ ਸੋਚ ਹੈ ਭੈੜੀ ਥਿੰਕ ਹੈ ਉਹਦੇ ਵੱਲੋਂ ਖਤਮ ਹੋ ਜਾਂਦਾ ਤਾਂ ਉਹਦੇ ਨਾਲ ਕੀ ਹੁੰਦਾ ਹੋਰ ਵੀ ਬਹੁਤ ਕੁਝ ਖਤਮ ਹੁੰਦਾ ਫਿਰ ਉਹਦੇ ਨਾਲ ਇਨਸਾਨ ਦੇ ਮਨ ਵਿੱਚ ਜਾਤ ਅਪਮਾਨ ਨਹੀਂ ਰਹਿੰਦਾ ਵੀ ਉੱਚੀ ਨੀਵੀਂ ਜਾਤ ਦਾ ਜਿਹੜਾ ਫਰਕ ਹੈ ਉਹ ਵੀ ਨਾਲ ਦੀ ਨਾਲ ਇਨਸਾਨ ਦਾ ਖਤਮ ਹੋ ਜਾਂਦਾ ਫਿਰ ਇਨਸਾਨ ਦੇ ਜੀਵਨ ਦੇ ਵਿੱਚੋਂ ਇਹ ਚੀਜ਼ ਖਤਮ ਹੋ ਜਾਂਦੀ ਹੈ ਕਿ ਮੈਂ ਸ਼ਰੀਰ ਹਾਂ ਨਹੀਂ ਮੈਂ ਸ਼ਰੀਰ ਨਹੀਂ ਹਾਂ ਮੈਂ ਸ਼ਰੀਰ ਤੋਂ ਕੁਝ ਹੋਰ ਚੀਜ਼ ਹਾਂ ਮੈਂ ਹਰ ਵਕਤ ਸ਼ਰੀਰ ਦੇ ਨਾਲ ਜੁੜਿਆ ਰਹਿ ਕੇ ਆਪਣੇ ਜੀਵਨ ਨੂੰ ਖਤਮ ਕਰਕੇ ਨਹੀਂ ਜਾਣਾ ਸਰੀਰ ਪਰਮਾਤਮਾ ਨੇ ਇੱਕ ਵਸੀਲਾ ਦਿੱਤਾ ਹੈ ਇਸ ਦੁਨੀਆ 'ਚ ਵਿਚਰਨ ਦਾ ਪਰ ਇਹਦੇ ਨਾਲ ਨਾਲ ਮੈਂ ਤ੍ਰਿਸ਼ਨਾ ਤੋਂ ਮੁੱਕਣਾ ਹੈ ਤ੍ਰਿਸ਼ਨਾ ਛੱਡਣੀ ਹੈ ਆਸਾ ਛੱਡਣੀ ਹੈ ਤੇ ਆਪਣੇ ਜੀਵਨ ਵਿੱਚ ਕੁਸੰਗਤਾ ਅਤੇ ਨਿੰਦਾ ਦਾ ਤਿਆਗ ਕਰਨਾ ਹੈ ਕਬੀਰ ਸਾਹਿਬ ਨੇ ਕਿਹਾ ਫਿਰ ਜਦੋਂ ਐਸਾ ਕੁਝ ਜ਼ਿੰਦਗੀ ਵਿੱਚ ਵਾਪਰ ਜਾਂਦਾ ਫਿਰ ਇਨਸਾਨ ਨੂੰ ਇਹ ਵੀ ਪਤਾ ਲੱਗਦਾ ਕਿ ਜਿੰਨੀ ਮਰਜ਼ੀ ਧੌੜ ਭੱਜ ਕਰ ਲਓ ਜਿੱਥੇ ਮਰਜ਼ੀ ਚਲੇ ਜਾਓ ਜੇਕਰ ਇਨਸਾਨ ਨੂੰ ਪਰਮਾਤਮਾ ਦੀ ਪ੍ਰਾਪਤੀ ਹੋਣੀ ਹੈ ਤੇ ਉਹ ਚੰਗੇ ਲੋਕਾਂ ਦੀ ਸੰਗਤ ਕਰਕੇ ਹੋਣੀ। ਵਕਾਰਾਂ ਦੇ ਵੱਲੋਂ ਖਿਹੜਾ ਛੁੱਟਣਾ ਤੇ ਚੰਗੇ ਲੋਕਾਂ ਦੀ ਸੰਗਤ ਕਰਕੇ ਛੁੱਟਣਾ ਨਹੀਂ ਤਾਂ ਨਹੀਂ ਛੁੱਟਣਾ। ਔਰ ਜਦੋਂ ਮਾਲਕ ਦੀ ਦਇਆ ਹੁੰਦੀ ਹੈ ਉਹਦੀ ਕਿਰਪਾ ਵਾਪਰਦੀ ਹੈ ਤੇ ਫਿਰ ਜ਼ਿੰਦਗੀ ਦੇ ਵਿੱਚ ਚਾਰ ਚੰਨ ਲੱਗਦੇ। ਐਦਾਂ ਲੱਗਦਾ ਵੀ ਜਿਵੇਂ ਹਨੇਰਾ ਹੀ ਖਤਮ ਹੋ ਗਿਆ। ਚਾਰੇ ਪਾਸੇ ਰੌਸ਼ਨੀ ਹੋ ਗਈ ਹੈ। ਜੀਵਨ ਵਿੱਚੋਂ ਕੁਸੰਗਤਾ ਖਤਮ ਹੋ ਚੁੱਕੀ ਹੈ। ਜੀਵਨ ਜਿਹੜਾ ਨਾ ਚੰਗਾ ਹੋ ਗਿਆ, ਪਿਆਰਾ ਹੋ ਗਿਆ। ਔਰ ਇੱਕ ਚੀਜ਼ ਧਿਆਨ ਨਾਲ ਗੌਰ ਕਰਨ ਵਾਲੀ ਇਹਨਾਂ ਸ਼ਲੋਕਾਂ 'ਚ ਕਬੀਰ ਸਾਹਿਬ ਨੇ ਕਿਹਾ ਕੋਈ ਸਾਥ ਨਹੀਂ ਦੇਂਦਾ ਸਵੈ ਸੰਗਤ ਤੋਂ ਕੋਈ ਸਾਥ ਨਹੀਂ ਦਿੰਦਾ ਮਤਲਬ ਕੀ ਹੈ ਜੇ ਤੁਹਾਡੇ ਅੰਦਰ ਗੁਣ ਨਹੀਂ ਤੁਹਾਡੀਆਂ ਚੰਗੀਆਂ ਆਤਾਂ ਨਹੀਂ ਤੁਹਾਡੀ ਰਹਿਣੀ ਬਿਆਣੀ ਚੰਗੀ ਹੈ ਜੇ ਤੁਸੀਂ ਗੁਣਵਾਨ ਹੋ ਤੇ ਤੁਹਾਡਾ ਸਾਥ ਉਹਨਾਂ ਨੇ ਨਹੀਂ ਦੇਣਾ ਕਿਸੇ ਹੋਰ ਨੇ ਨਹੀਂ ਦੇਣਾ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਣ ਜਿੱਥੇ ਲੇਖਾ ਮੰਗਿਆ ਤਿੱਥੇ ਖੜੇ ਦੇ ਸੰ ਸੱਜਣ ਉਹੀ ਹੈ ਜਿਹੜੇ ਹਰ ਵਕਤ ਨਾਲ ਰਹਿਣ ਤਉ ਸੱਜਣ ਕਿਹੜੇ ਤੁਹਾਡੇ ਆਪਣੇ ਗੁਣ ਤੁਹਾਡਾ ਆਪਣਾ ਅਮਲੀ ਜੀਵਨ ਫਿਰ ਕਬੀਰ ਸਾਹਿਬ ਨੇ ਕਿਹਾ ਕਹਿੰਦੇ ਨੇ ਇਹ ਜਿਹੜੀ ਦੁਨੀਆ ਨਾ ਇਸ ਦੁਨੀਆ ਚ ਆਇਆ ਹੋਇਆ ਉਸੇ ਬੰਦੇ ਦਾ ਸਫਲ ਹੈ ਜਿਸ ਬੰਦੇ ਨੇ ਸਿਮਰਨ ਕੀਤਾ ਹੈ ਤੇ ਜਿਹੜਾ ਬੰਦਾ ਹੋਰ ਹੀ ਚੱਕਰਾਂ ਦੇ ਵਿੱਚ ਪਿਆ ਹੋਰ ਹੀ ਆਸਾ ਦੇ ਵਿੱਚ ਪਿਆ ਨਿੰਦਾ ਦੇ ਵਿੱਚ ਪਿਆ ਚੁਗਲੀ ਦੇ ਵਿੱਚ ਪਿਆ ਹੋਰ ਹੀ ਤਰ੍ਹਾਂ ਆਪਣੇ ਜੀਵਨ ਨੂੰ ਗਰਕ ਕਰਦਾ ਜਾ ਰਿਹਾ ਐਸੇ ਇਨਸਾਨ ਦਾ ਜੀਵਨ ਵਿਅਰਥ ਹੈ ਗਰਕ ਹੈ ਉਹ ਕਿਸੇ ਵੀ ਲੇਕੇ ਨਹੀਂ ਉਹ ਕਿਸੇ ਵੀ ਕੰਮ ਨਹੀਂ ਹੁਣ ਕਬੀਰ ਸਾਹਿਬ ਨੇ ਜੋ ਬਖਸ਼ਿਸ਼ ਕੀਤੀ ਇਹਨਾਂ ਸ਼ਲੋਕਾਂ ਦੇ ਵਿੱਚ ਆਓ ਉਹਨਾਂ ਨੂੰ ਡੀਪੜੀ ਜਾ ਕੇ ਵਿਚਾਰਦੇ ਆ ਕਬੀਰ ਸਾਹਿਬ ਨੇ ਕੀ ਕਿਹਾ ਕਹਿੰਦੇ ਕਬੀਰ ਏਕ ਮਰਨਤੇ ਦੋਏ ਮੂਏ ਪ੍ਰੋਫੈਸਰ ਸਹਿਬ ਸਿੰਘ ਉਹਨਾਂ ਨੇ ਬੜਾ ਸੁਨਾਰਥ ਕੀਤਾ ਇਹਦਾ ਉਹ ਕਹਿੰਦੇ ਜਦੋਂ ਅਸੀਂ ਪ੍ਰਮਾਤਮਾ ਦੇ ਗੁਣ ਗਾਉਂਨੇ ਆ ਤੇ ਪ੍ਰਮਾਤਮਾ ਦੇ ਗੁਣ ਗਾਉਣ ਨਾਲ ਪ੍ਰਮਾਤਮਾ ਦੇ ਗੁਣਾ ਦਾ ਅੰਤ ਨਹੀਂ ਪੈਂਦਾ ਪਰ ਉਹਨਾਂ ਗੁਣਾ ਨਾਲ ਉਹਦੀ ਸਿਫਤਸਲਾ ਦੀ ਬਰਕਤ ਨਾਲ ਸਾਡਾ ਮਨ ਮਰਦਾ ਹੈ ਭਾਵ ਸਾਡਾ ਮਨ ਵਿਕਾਰਾਂ ਵੱਲੋਂ ਹਟ ਜਾਂਦਾ ਹੈ ਮਨ ਦਾ ਮਰਨਾ ਕੀ ਹੈ ਵਿਕਾਰਾਂ ਤੋਂ ਹਟ ਜਾਣਾ ਮਨ ਦਾ ਮਰਨਾ ਕੀ ਹੈ ਬਰਿਆਈ ਵੱਲੋਂ ਹਟ ਜਾਣਾ ਜਿਵੇਂ ਸਤਿ ਗੋਸ਼ਟ ਵਿੱਚ ਆਖਿਆ ਨਾ ਇੱਕ ਜਗ੍ਹਾ ਤੇ ਬੜਾ ਸੋਹਣਾ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਤ ਗੁਰ ਕੈ ਜਨਮੇ ਗਵਨ ਮਿਟਾਇਆ ਜਦੋਂ ਗੁਰੂ ਦੇ ਘਰ ਚ ਜਨਮ ਲੈ ਲਈਏ ਤੇ ਭਟਕਣਾ ਖਤਮ ਹੋ ਜਾਂਦੀ ਜਦੋਂ ਆਪਾਂ ਅਮਰਤਧਾਰੀ ਹੁੰਨੇ ਆ ਤੇ ਪੰਜ ਪਿਆਰੇ ਵੀ ਇਹ ਸ਼ਬਦ ਵਰਤਦੇ ਨੇ ਸਤਿਗੁਰੂ ਕਿਹ ਜਨਮੇ ਗਵਨ ਮਟਾਇ ਸਾਡਾ ਜਨਮ ਜਦੋਂ ਗੁਰੂ ਦੇ ਘਰ ਵਿੱਚ ਹੋ ਗਿਆ ਗਵਨ ਖਤਮ ਹੋ ਗਿਆ। ੜਕਣਾ ਖਤਮ ਹੋ ਗਈ ਨਹੀਂ ਰਹੀ। ਜਦੋਂ ਅਸੀਂ ਗੁਰੂ ਦੇ ਘਰ ਵਿੱਚ ਜਨਮ ਲੈਨੇ ਆ ਗੁਰੂ ਦੀ ਵਿਚਾਰ ਨੂੰ ਅਪਣਾਉਨੇ ਆ ਗੁਰੂ ਦੀ ਸਿੱਖਿਆ ਨੂੰ ਧਾਰਨ ਕਰਦੇ ਆ ਤੇ ਸਮਝਨੇ ਉਹ ਸਾਡਾ ਇੱਕ ਨਵਾਂ ਜਨਮ ਸ਼ੁਰੂ ਹੋ ਗਿਆ। ਪੁਰਾਣਾ ਜਨਮ ਖਤਮ ਹੋਇਆ ਨਵਾਂ ਜਨਮ ਸ਼ੁਰੂ ਹੋ ਗਿਆ। ਔਰ ਇਹ ਜਨਮ ਸਾਨੂੰ ਤਾਰ ਦੇਗਾ ਇਹ ਜਨਮ ਸਾਡੀਆਂ ਕੁੱਲਾਂ ਦਾ ਉਧਾਰ ਕਰ ਦੇਗਾ। ਕਬੀਰ ਸਾਹਿਬ ਨੇ ਕਿਹਾ ਮੈਂ ਜਿਉਂ-ਜਿਉਂ ਪਰਮਾਤਮਾ ਦੇ ਗੁਣ ਗਾਏ ਜਿਉਂ-ਜਿਉਂ ਮੈਂ ਉਹਨੂੰ ਯਾਦ ਕੀਤਾ ਉਹਦੇ ਗੁਣਾ ਦਾ ਕੋਈ ਅੰਤ ਨਹੀਂ ਪਿਆ ਮੈਂ ਜਿੰਨੇ ਗਾਏ ਉਹਨੇ ਵਧਦੇ ਗਏ ਜਿੰਨੇ ਗਾਏ ਉਹਨੇ ਹੋਰ ਹੁੰਦੇ ਗਏ ਪਰ ਉਹਦੇ ਨਾਲ ਇੱਕ ਚੀਜ਼ ਦਾ ਮੇਰੇ ਵਿੱਚ ਫਰਕ ਪਿਆ ਇਫੈਕਟ ਪਿਆ ਮੇਰੀ ਲਾਈਫ 'ਚ ਕੀ ਕਿ ਮੇਰਾ ਜਿਹੜਾ ਮਨ ਸੀ ਉਹ ਬਰਿਆਈ ਤੋਂ ਹਟ ਕੇ ਚੰਗਿਆਈ ਵਾਲੇ ਪਾਸੇ ਲੱਗ ਗਿਆ ਬਸ ਆਹੀ ਚੀਜ਼ ਚਾਹੀਦੀ ਸੀ ਮਨ ਬਦਲ ਗਿਆ ਮਨ ਚੁੱਕਿਆ ਗਿਆ ਮਾੜੇ ਪਾਸੋਂ ਤੇ ਮਨ ਨੂੰ ਚੰਗੇ ਪਾਸੇ ਸਵਾਦ ਆਉਣਾ ਸ਼ੁਰੂ ਹੋ ਗਿਆ ਜਿਸ ਦਿਨ ਗੁਟਕਾ ਸਹਿਬ ਹੱਥ ਵਿੱਚ ਫੜ ਕੇ ਤੁਹਾਨੂੰ ਜਪਜੀਤ ਸਾਹਿਬ ਪੜਨ ਦਾ ਸਵਾਦ ਆਉਣਾ ਸ਼ੁਰੂ ਹੋ ਗਿਆ ਤੁਹਾਨੂੰ ਬਾਣੀ ਪੜਨ ਦਾ ਸਵਾਦ ਆਉਣਾ ਸ਼ੁਰੂ ਹੋ ਗਿਆ ਤੁਹਾਨੂੰ ਕਥਾ ਸੁਣਨ ਦਾ ਤੁਹਾਨੂੰ ਕੀਰਤਨ ਸੁਣਨ ਦਾ ਸਵਾਦ ਆਉਣਾ ਸ਼ੁਰੂ ਹੋ ਗਿਆ ਤੁਹਾਨੂੰ ਸੰਗਤ ਵਿੱਚ ਬੈਠਣਾ ਚੰਗਾ ਲੱਗਣ ਲੱਗ ਪਿਆ ਤੁਹਾਡਾ ਮਨ ਗੁਰਬਾਣੀ 'ਚ ਲੱਗਣਾ ਸ਼ੁਰੂ ਹੋ ਗਿਆ ਸਮਝ ਲਿਓ ਮਾੜਾ ਪਾਸਾ ਖਤਮ ਹੋ ਰਿਹਾ ਤੇ ਚੰਗੇ ਪਾਸੇ ਤੁਹਾਡਾ ਜਨਮ ਹੋ ਰਿਹਾ ਔਰ ਇਹ ਚੇਂਜ ਲਾਈਫ ਚ ਆਉਣਾ ਚਾਹੀਦਾ ਫਿਰ ਹੀ ਗੱਲ ਬਣਦੀ ਐ ਨਿਤਿ ਧਾਰਮਿਕ ਬਾਣਾ ਪਾਉਣ ਨਾਲ ਜਾਂ ਧਾਰਮਿਕ ਅਖਮੋ ਨਾਲ ਕੁਝ ਨਹੀਂ ਹੁੰਦਾ ਕਬੀਰ ਸਾਹਿਬ ਦਾ ਬਚਨ ਅੱਗੇ ਕਹਿੰਦੇ ਨੇ ਏਕ ਮਰਨਤੇ ਦੋਹੇ ਮੂਏ ਦੋਹੇ ਮਰਨਤੇ ਚਾਰ ਪ੍ਰੋਫੈਸਰ ਸੈਭ ਸਿੰਘ ਜੀ ਨੇ ਅਰਥ ਕੀਤੇ ਉਹ ਕਹਿੰਦੇ ਨੇ ਕਿ ਗੁਣਾ ਨੂੰ ਗਾਉਣ ਨਾਲ ਗੁਣਾ ਦਾ ਅੰਤ ਨਹੀਂ ਪਿਆ ਪਰ ਮੇਰਾ ਮਨ ਜਿਹੜਾ ਉਹ ਮਰ ਗਿਆ ਵਿਕਾਰਾਂ ਵੱਲੋਂ ਮਨ हट ਗਿਆ ਇਸ ਇੱਕ ਮਨ ਦੇ ਮਰਨ ਨਾਲ ਭਾਵ ਬੁਰੀਾਈ ਵੱਲੋਂ ਹਟਣ ਨਾਲ ਇਸ ਇੱਕ ਮਨ ਦੇ ਮਰਨ ਨਾਲ ਏਕ ਮਰੰਤੇ ਜਦੋਂ ਮਨ ਇਸ ਮਾੜੇ ਪਾਸੇ ਵੱਲੋਂ ਹਟ ਗਿਆ ਤੇ ਦੋਹੇ ਮਰਨਤੇ ਏਕ ਮਰੰਤੇ ਦੋਹੇ ਮੂਏ ਤਾਂ ਫਰਕ ਕੀ ਪਿਆ ਕਿ ਮਨ ਦੇ ਅੰਦਰੋਂ ਜਾਤ ਅਭਿਮਾਨ ਵੀ ਮਰ ਗਿਆ ਬਸ ਮਨ ਜਦੋਂ ਖਤਮ ਹੋਇਆ ਬੁਰੀਾਈ ਵੱਲੋਂ ਤੇ ਮਨ ਨੂੰ ਨੂੰ ਇਸ ਚੀਜ਼ ਸਮਝਾ ਇਹ ਚੀਜ਼ ਸਮਝ ਲੱਗ ਗਈ ਕਿ ਦੇਖੋ ਕੋਈ ਮਰਾਸੀ ਨਹੀਂ ਕੋਈ ਚੂੜਾ ਨਹੀਂ ਕੋਈ ਮਜਬੀ ਨਹੀਂ ਕੋਈ ਜੱਟ ਨਹੀਂ ਇਹ ਸ਼ਬਦ ਮੈਂ ਤਾਂ ਵਰਤ ਰਿਆਂ ਕਿਉਂਕਿ ਆਪਾਂ ਵਰਤਦੇ ਆ ਮੈਨੂੰ ਮਾਫ ਕਰ ਦਿਓ ਆਪਾਂ ਵਰਤਦੇ ਆ ਕੋਈ 나ਈ ਨਹੀਂ ਕੋਈ ਸ਼ੀਂਬਾ ਨਹੀਂ ਕੋਈ কুমਹਾਰ ਨਹੀਂ ਕੋਈ ਹੋਰ ਜਾਤ ਵਾਲਾ ਨਹੀਂ ਅਸੀਂ ਸਾਰੇ ਇਨਸਾਨ ਆ ਇੱਕ ਕਿਤੇ ਸਨ ਸਾਡੇ ਜਿਨ੍ਹਾਂ ਤੋਂ ਸਾਡੇ ਨਾਮ ਜਾਤਾਂ ਵਿੱਚ ਆਪਾਂ ਵੰਡ ਲੇ ਔਰ ਇਹ ਚੀਜ਼ ਨੇ 파ੜੋ ਤਾੜ ਸਾਡੀ ਕੌਮ ਦੇ ਵਿੱਚ ਵੀ ਪਾ ਦਿੱਤੀ ਪਰ ਜਦੋਂ ਮਨ ਨੂੰ ਇਹ ਸਮਝ ਲੱਗੀ ਤੇ ਮਨ ਵਿੱਚੋਂ ਜਾਤ ਦਾ ਹੰਕਾਰ ਖਤਮ ਹੋ ਗਿਆ ਇਹ ਚੀਜ਼ ਖਤਮ ਹੋ ਗਈ ਕਿ ਮੈਂ ਜੀ ਵੱਡੀ ਜਾਤ ਵਾਲਾ ਇਹ ਹੰਕਾਰ ਖਤਮ ਹੋ ਗਿਆ ਹੁਣ ਜਦੋਂ ਹੰਕਾਰ ਖਤਮ ਹੋਇਆ ਜਾਤ ਅਭਿਮਾਨ ਖਤਮ ਹੋਇਆ ਦੋਵੇਂ ਮੂਏ ਫਿਰ ਉਹਦੇ ਨਾਲ ਕੀ ਹੋਇਆ ਦੋ ਹੋਰ ਚੀਜ਼ਾਂ ਖਤਮ ਹੋਈਆਂ ਕਿਹੜੀਆਂ ਜਾਤ ਅਪਮਾਨ ਵੀ ਮਰ ਗਿਆ ਤੇ ਮੈਂ ਉੱਚੀ ਕੁੱਲ ਵਾਲਾ ਹਾਂ ਇਹ ਚੀਜ਼ ਵੀ ਜੀਵਨ ਵਿੱਚੋਂ ਖਤਮ ਹੋ ਗਈ ਹੁਣ ਇਹ ਦੋ ਚੀਜ਼ਾਂ ਇਹ ਵੀ ਖਤਮ ਹੋਈਆਂ ਫਿਰ ਦੋਏ ਮਰਨ ਤੇ ਚਾਰ ਫਿਰ ਜਦੋਂ ਇਹ ਦੋ ਮਰ ਗਏ ਭਾਵ ਕੇ ਕੁੱਲ ਦਾ ਅਪਮਾਨ ਹੰਕਾਰ ਜਾਤ ਦਾ ਹੰਕਾਰ ਖਤਮ ਹੋ ਗਿਆ ਫਿਰ ਕੀ ਹੋਇਆ ਦੇ ਅਧਿਆਸ ਕਿ ਮੈਂ ਸਰੀਰ ਨਾਲ ਜੁੜਿਆ ਰਹਾ ਹਰ ਵਕਤ ਸਰੀਰ ਤੋਂ ਬਾਹਰ ਕੁਝ ਸੋਚਾਂ ਹੀ ਨਾ ਕਈ ਲੋਕ ਦੇਖਦੇ ਨਾ ਸਵੇਰ ਤੋਂ ਸ਼ਾਮ ਤੱਕ ਸਰੀਰ ਨੂੰ ਹੀ ਪੋਚੀ ਜਾਣਗੇ ਪੋਚੀ ਜਾਣਗੇ ਜਿਵੇਂ ਬਹੁਤ ਸਾਰੀਆਂ ਬੀਬੀਆਂ ਦੀ ਇਹ ਹਾਲਤ ਹੁੰਦੀ ਹੈ ਸਵੇਰ ਤੋਂ ਸ਼ਾਮ ਤੱਕ ਮੇਕਅਪ ਨਹੀਂ ਲਤਨ ਦੇਣਾ ਲਿਪਸਟਿਕ ਨਹੀਂ ਲਤਨ ਦੇਣੀ ਆਪਣੇ ਸਰੀਰ ਨੂੰ ਐ ਲਿਸ਼ਕ ਪੁਸ਼ਕ ਵਿੱਚ ਰੱਖਣਾ ਇਦਾਂ ਕੁਝ ਸਾਡੇ ਵੀਰਾਂ ਦੀ ਹਾਲਤ ਹੁੰਦੀ ਹੈ ਉਹ ਬਸ ਸਰੀਰ ਤੱਕ ਹੀ ਸੀਮਤ ਹੁੰਦੇ ਸਰੀਰ ਤੋਂ ਅਗਾਂਹ ਹੀ ਨਹੀਂ ਜਾਂਦੇ ਤੇ ਜਿਹੜੇ ਸਰੀਰ ਤੱਕ ਹੀ ਸੀਮਤ ਰਹਿਣ ਉਸ ਦੇ ਅਧਿਆਸ ਨਾਲ ਜੁੜੇ ਰਹਿਣ ਭਾਵਕੇ ਸਰੀਰ ਤੋਂ ਬਾਹਰ ਸੋਚਦੇ ਨਹੀਂ ਉਹਨਾਂ ਨੂੰ ਕੁਝ ਨਜ਼ਰ ਹੀ ਨਹੀਂ ਆਉਂਦਾ ਔਰ ਕੁਝ ਫਿਰ ਤ੍ਰਿਸ਼ਨਾ ਉਹ ਵੀ ਖਤਮ ਹੋ ਗਈ ਕੁੱਲ ਕਿੰਨੇ ਹੋ ਗਏ ਜੀ ਚਾਰ ਗਿਣ ਲਿਓਣ ਇੱਕ ਖਤਮ ਹੋਇਆ ਜਾਤ ਅਪਮਾਨ ਦੂਜਾ ਕੋਲ ਅਪਮਾਨ ਭਾਵਕੇ ਮੈਂ ਉੱਚੀ ਜਾਤ ਵਾਲਾ ਹੈ ਚੀਜ਼ ਖਤਮ ਹੋ ਗਈ ਨੰਬਰ 1 ਮੈਂ ਉੱਚੀ ਕੋਲ ਵਿੱਚ ਬੈਠਾ ਹਾਂ ਨੰਬਰ 2 ਖਤਮ ਹੋਇਆ ਸਰੀਰ ਦੇ ਮੋਹ ਨਾਲ ਜੁੜਿਆ ਰਹਿਣਾ ਇਹ ਵੀ ਚੀਜ਼ ਖਤਮ ਹੋ ਗਈ ਦਨ ਹੋ ਗਏ ਤੇ ਚੌਥਾ ਤ੍ਰਿਸ਼ਨਾ ਜੀਵਨ ਵਿੱਚੋਂ ਖਤਮ ਹੋ ਗਈ ਚਾਰ ਖਤਮ ਹੋ ਗਏ ਹੁਣ ਸ਼ਲੋਕ ਸੁਣ ਲਿਓ ਕਬੀਰ ਇੱਕ ਮਰਨਤੇ ਦੋਵੇਂ ਮੂਏ ਦੋਵੇਂ ਮਰਨਤੇ ਚਾਰ ਚਾਰ ਮਰਨਤੇ ਛੇ ਮੂਏ ਚਾਰ ਪੁਰਖ ਦੋਏ ਨਾਰ ਫਿਰ ਕਹਿੰਦੇ ਦੋ ਹੋਰ ਮਰੇ ਕਿਹੜੇ ਕੁਸੰਗ ਮਾੜੀ ਸੰਗਤ ਵਿੱਚ ਬਹਿਣਾ ਇਹ ਵੀ ਆਤ ਖਤਮ ਹੋ ਗਈ ਵੀ ਬਥੇਰਾ ਆਨੰਦ ਮਾਣ ਲਿਆ ਹੁਣ ਕੱਖ ਨਹੀਂ ਪਤਾ ਲੱਗਿਆ ਵੀ ਕੱਖ ਨਹੀਂ ਐ ਕੁਝ ਵੀ ਨਹੀਂ ਪਿਹੜਿਆਂ ਦੀ ਸੰਗਤ ਵਿੱਚ ਬੈਠੋਗੇ ਪਿਹੜਾ ਹੀ ਜੀਵਨ ਬੰਨਾ ਗਾਂ ਔਲਾਦ ਵੀ ਗੰਦੀ ਜਮਣੀ ਇਹ ਵੀ ਚੀਜ਼ ਚੀਜ਼ ਖਤਮ ਹੋ ਗਈ ਕੋਈ ਸੰਗਤਾ ਅਤੇ ਇੱਕ ਸੀ ਨਿੰਦਾ ਨਿੰਦਾ ਕਰਨੀ ਚੰਗਿਆਂ ਨੂੰ ਮਾਰਾ ਕੀ ਜਣਾ ਕੋਈ ਚੰਗਾ ਕੰਮ ਕਰਿਆ ਕਈ ਜੋ ਮਾਰਾ ਕਈ ਜੋ ਮਾਰਾ ਐਵੀ ਖਤਮ ਹੋ ਗਈ ਦੋ ਹੋ ਗਏ ਫਿਰ ਇਹ ਦੋ ਪਾ ਕੇ ਹੋ ਗਏ 6 ਚਾਰ ਮਰਨਤੇ 6 ਹੋਵੇ 6 ਹੋ ਗਏ ਜੀ ਚਾਰ ਪੁਰਖ ਦੋ ਈਨਾਰ ਹੁਣ ਇਹਨਾਂ ਵਿੱਚੋਂ ਚਾਰ ਪੁਰਖ ਨੇ ਤੇ ਦੋ ਨਾਰ ਪਵ ਚਾਰ ਬੰਦੇ ਐ ਤੇ ਦੋ ਔਰਤਾਂ ਮਰੀਆਂ ਕਿਹੜੀਆਂ ਜੀ ਇਹਨਾਂ ਦੇ ਵਿੱਚੋਂ ਤੁਸੀਂ ਧਿਆਨ ਮਾਰ ਕੇ ਵੇਖੋ ਚਾਰ ਪੁਲਿੰਗ ਤੇ ਦੋ ਇਸਤਰੀ ਲਿੰਗ ਖਤਮ ਹੋ ਗਏ ਇੱਕ ਤਾਂ ਨਿੰਦਾ ਖਤਮ ਹੋ ਗਈ ਤੇ ਇੱਕ ਖਤਮ ਹੋ ਗਈ ਤ੍ਰਿਸ਼ਨਾ ਹੁਣ ਨਿੰਦਾ ਅਤੇ ਤ੍ਰਿਸ਼ਨਾ ਇਹ ਦੋ ਔਰਤਾਂ ਇਹ ਵੀ ਜੀਵਨ ਵਿੱਚੋਂ ਖਤਮ ਹੋ ਗਈਆਂ ਤੇ ਚਾਰ ਬੰਦੇ ਉਹ ਕਿਹੜੇ ਸੀ ਨੰਬਰ 1 ਜਾਤ ਅਪਮਾਨ ਨੰਬਰ 2 ਕੋਲ ਅਪਮਾਨ ਨੰਬਰ 3 ਆਪਣੇ ਸ਼ਰੀਰ ਦਾ ਮੋਹ ਤੇ ਨੰਬਰ 4 ਭੈੜੀ ਸੰਗਤ ਸੋ ਕਬੀਰ ਸਾਹਿਬ ਨੇ ਕਿਹਾ ਕਿ ਜਦੋਂ ਇੱਕ ਮਨ ਦੇ ਬਦਲਣ ਨਾਲ ਐਨਾ ਕੁਝ ਜੀਵਨ ਵਿੱਚੋਂ ਖਤਮ ਹੁੰਦਾ ਤੇ ਮੈਂ ਆਪਣਾ ਮਨ ਕਿਉਂ ਨਾ ਬਦਲਾ ਸ਼ਲੋਕ ਫੇਰ ਸੁਣ ਲਿਓ ਫਿਰ ਆਪਾਂ ਗਾ ਜਾਨੇ ਕਬੀਰ ਏਕ ਮਰਨਤੇ ਦੋਹੇ ਮੂਏ ਦੋਹੇ ਮਰਨਤੇ ਚਾਰ ਚਾਰ ਮਰਨਤੇ ਛੇ ਮੂਏ ਚਾਰ ਪੁਰਖ ਦੋਏ ਨਾਰ ਜੀ ਹੁਣ ਇੰਨਾ ਚੇਂਜ ਹੋ ਗਿਆ ਜੀਵਨ ਦੇ ਵਿੱਚ ਇੰਨਾ ਬਦਲਾਅ ਆ ਗਿਆ ਉਤੋਂ ਜਿਹੜਾ ਅਗਲਾ ਸ਼ਲੋਕ ਹੈ ਨੰਬਰ 92 ਦਾ ਕਬੀਰ ਦੇਖ ਦੇਖ ਜਗ ਢੂੰਡਿਆ ਕਹੂ ਨਾ ਪਾਇਆ ਠੌਰ ਕਬੀਰ ਸਾਹਿਬ ਨੇ ਕੀ ਕਿਹਾ ਕਬੀਰ ਸਾਹਿਬ ਕਹਿੰਦੇ ਮੈਂ ਬੜੀ ਮਿਹਨਤ ਨਾਲ ਸਾਰੇ ਸੰਸਾਰ ਨੂੰ ਢੂੰਡ ਕੇ ਵਿਖਿਆ ਚੰਗੀ ਤਰ੍ਹਾਂ ਢੂੰਡਿਆ ਦੁਨੀਆਂ ਨੂੰ ਲੱਭਿਆ ਹਰ ਚੀਜ਼ ਟੰਡੋਲੀ ਚੰਗੀ ਤਰ੍ਹਾਂ ਕਹੂ ਨਾ ਪਾਇਆ ਠੌਰ ਪਰ ਮੈਨੂੰ ਕੋਈ ਵੀ ਐਸੀ ਜਗ੍ਹਾ ਐਸੀ ਥਾਂ ਨਹੀਂ ਲੱਭੀ ਜਿੱਥੇ ਜਾ ਕੇ ਮੇਰਾ ਮਨ ਟਿਕ ਸਕੇ ਮੇਰੇ ਮਨ ਦੀ ਪਟਕਣਾ ਖਤਮ ਹੋ ਸਕੇ ਮਨ ਦਾ ਟਿਕਣਾ ਬਹੁਤ ਜ਼ਰੂਰੀ ਹੈ ਸੁੱਖ ਸ਼ੁਰੂ ਹੀ ਮਨ ਦੇ ਟਿਕਣ ਤੋਂ ਹੁੰਦਾ ਤੇ ਉਦੋਂ ਤੱਕ ਦੁਖੀ ਰਹਿੰਦਾ ਜਦੋਂ ਤੱਕ ਸਾਡਾ ਮਨ ਭਟਕੀ ਜਾਏ ਜਦੋਂ ਮਨ ਟਿਕ ਜਾਂਦਾ ਫਿਰ ਸਾਰਾ ਕੁਝ ਹੈ ਜਦੋਂ ਤੱਕ ਮਨ ਪਟਕਦਾ ਕੱਖ ਵੀ ਨਹੀਂ ਹੈ ਕਬੀਰ ਸਾਹਿਬ ਕਹਿੰਦੇ ਬਹੁਤ ਕੁਝ ਵੇਖਿਆ ਮੈਂ ਇਸ ਦੁਨੀਆ 'ਚ ਪਰ ਮਨ ਦਾ ਟਿਕਣਾ ਕਿਤੇ ਨਹੀਂ ਵੇਖਿਆ ਹੁਣ ਜਦੋਂ ਮੈਨੂੰ ਸਮਝ ਲੱਗੀ ਜਿਨ੍ਹਾਂ ਹਰਕਾਂ ਨਾਮ ਨਾਲ ਚੇਤੇ ਉਹ ਕਹਾ ਭੁਲਾਣੇ ਔਰ ਤੇ ਮੈਂ ਹੈਰਾਨ ਹੋ ਗਿਆ ਕਿ ਜਿਨ੍ਹਾਂ ਲੋਕਾਂ ਨੇ ਇਸ ਮਨੁੱਖਾ ਜਨਮ ਦੇ ਵਿੱਚ ਆ ਕੇ ਪ੍ਰਮਾਤਮਾ ਦਾ ਨਾਮ ਨਹੀਂ ਸਿਮਰਿਆ ਪਰਮਾਤਮਾ ਨੂੰ ਯਾਦ ਨਹੀਂ ਕੀਤਾ ਉਹਨਾਂ ਬੰਦਿਆਂ ਨੂੰ ਮਨ ਦੀ ਸ਼ਾਂਤੀ ਕਿਤੇ ਲੱਭਣੀ ਨਹੀਂ ਭਾਵੇਂ ਜਿੱਥੇ ਮਰਜੀ ਤੱਕੇਖਾਨ ਇੱਕੋ ਹੀ ਜਗ੍ਹਾ ਹੈ ਸਤ ਸੰਗ ਜਿੱਥੇ ਸੱਚ ਦੀ ਵਿਚਾਰ ਹੋਵੇ ਜਿੱਥੇ ਸੱਚ ਦੀ ਗੱਲ ਹੋਵੇ ਜਿੱਥੇ ਸੱਚ ਦਾ ਪੱਲਾ ਪਕੜਨਾ ਸਿਖਾਇਆ ਜਾਏ ਉੱਥੇ ਜਾ ਕੇ ਗੱਲ ਬਾਤ ਨਹੀਂ ਤਾਂ ਕਹਾ ਭੁਲਾਣੇ ਔਰ ਪਰਮਾਤਮਾ ਦੀ ਸਤਸਲਾ ਛੱਡ ਕੇ ਜਿੱਥੇ ਮਰਜੀ ਪਟਕਦੇ ਫਿਰੋ ਪਟਕਣਾ ਹੀ ਪਈ ਰਹਿਣੀ ਲਾਈਫ ਦੇ ਵਿੱਚ ਟਿਕਾਉ ਜ਼ਿੰਦਗੀ ਦੇ ਵਿੱਚ ਨਹੀਂ ਆਉਣਾ ਬਿਨਾ ਸੰਗਤ ਤੋਂ ਸੋ ਇਸੇ ਲਈ ਸਾਡੇ ਗੁਰੂ ਸਹਿਬਾਨਾ ਨੇ ਸਾਨੂੰ ਸਮਝਾਇਆ ਕਿ ਅੰਮ੍ਰਿਤ ਵੇਲਾ ਸੰਭਾਲ ਤੇ ਜਦੋਂ ਸ਼ਾਮ ਪੈਂਦੀ ਹੈ ਰਹਿਰਾਸ ਦੇ ਪਾਠ ਨਾਲ ਜੋੜ ਰਾਤ ਪੈਂਦੀ ਹੈ ਤੇ ਸੋਹਿਲਾ ਸਾਹਿਬ ਦੇ ਪਾਠ ਨਾਲ ਜੋੜ ਤੇ ਸਿੱਖਾ ਬਾਣੀ ਨਾਲ ਜੁੜਿਆ ਆ ਰਿਹਾ ਹੈ ਤੇ ਗੁਰੂ ਨਾਨਕ ਸਾਹਿਬ ਦੇ ਉਹ ਤਿੰਨ ਸਿਧਾਂਤ ਜਿਹੜੇ ਸੀ ਉਹ ਕਮਾਲ ਦੇ ਸੀ ਕਿ ਕਿਰਤ ਕਰ ਨਾਮ ਜਪ ਤੇ ਵੰਡ ਛਕ ਜੇ ਕਿਰਤ ਕਰਦਾ ਹੈ ਤੇ ਨਾਮ ਜਰੂਰ ਜਪੀ ਰੱਬ ਨੂੰ ਯਾਦ ਰੱਖੀ ਉਹਨੂੰ ਯਾਦ ਰੱਖੀ ਜਿਨੇ ਤੈਨੂੰ ਸਾਰਾ ਕੁਝ ਦਿੱਤਾ ਤੇ ਵੰਡ ਕੇ ਛਕੀ ਜੋ ਤੈਨੂੰ ਕਮਾਇਆ ਤੂੰ ਜੋ ਤੇਰੇ ਕੋਲ ਹੈ ਵੰਡ ਕੇ ਛਕਦਾ ਜਾ ਵਾਦਾ ਹੀ ਪਏਗਾ ਘਾਟਾ ਕੋਈ ਨਹੀਂ ਪੈ ਲੱਗਾ ਤੇਰੀ ਜ਼ਿੰਦਗੀ ਦੇ ਵਿੱਚ ਅਗਲਾ ਸ਼ਲੋਕ ਹੈ ਜੀ 53 ਨੰਬਰ ਮਾਫ ਕਰਨਾ 93 ਨੰਬਰ 93 ਉੱਚੇ ਕਿਹਾ ਕਬੀਰ ਸੰਗਤ ਕਰੀਐ ਸਾਧ ਕੀ ਅੰਤ ਕਰੈ ਨਿਰਵਾਹ ਹੁਣ ਸਾਧ ਕੌਣ ਹੈ ਜੀ ਸਾਧ ਇੱਕ ਸਤਿਗੁਰੂ ਗੁਰੂ ਕਿੰਨੇ ਹੈ ਪਿਆਰਿਆ ਜੇ ਮਨ ਦੀ ਸ਼ਾਂਤੀ ਚਾਹੁੰਨਾ ਤੇ ਉਹਦੇ ਲਈ ਇੱਕੋ ਹੀ ਜਗ੍ਹਾ ਹੈ ਸਾਧ ਸੰਗਤ ਸੋ ਸਾਧ ਸੰਗਤ ਵਿੱਚ ਜੁੜਨਾ ਚਾਹੀਦਾ ਹੈ ਸਾਧ ਸੰਗਤ ਵਿੱਚ ਜੁੜ ਕੇ ਸਮਝ ਆਉਂਦੀ ਹੈ ਕਿ ਸਾਧ ਸੰਗਤ ਦਾ ਜਿਹੜਾ ਸਾਥ ਹੈ ਤੋੜ ਨਿਭਣ ਵਾਲਾ ਦੁਨੀਆ ਨਾਲ ਸਾਥ ਨਹੀਂ ਦਿੰਦੀ ਸੰਸਾਰ ਸਾਥ ਨਹੀਂ ਦਿੰਦਾ ਸੰਸਾਰ ਤੋੜ ਨਹੀਂ ਨਿਭਦਾ ਜੇਕਰ ਕੋਈ ਸਾਥ ਦਿੰਦਾ ਹੈ ਤੇ ਸੰਗਤ ਤੁਹਾਡੇ ਤੁਹਾਡਾ ਅਮਲੀ ਜੀਵਨ ਤੁਹਾਡਾ ਸਤਿਗੁਰੂ ਅੰਤ ਕਰੈ ਨਿਰਵਾਅ ਅੰਤ ਤੱਕ ਤੁਹਾਡਾ ਸਾਥ ਮਿਲਦਾ ਹੈ ਸੰਗਤ ਵੱਲੋਂ ਗੁਰੂ ਦੀ ਵਿਚਾਰ ਸਾਧ ਸੰਗਤ ਹੈ ਗੁਰੂ ਦੇ ਗੁਣ ਸਾਧ ਸੰਗਤ ਨੇ ਗੁਰੂ ਦਾ ਅਮਲੀ ਜੀਵਨ ਜਿਹੜੇ ਆਪਣੇ ਜੀਵਨ 'ਚ ਵਸਾਉਣਾ ਉਹ ਸਾਧ ਸੰਗਤ ਹੈ ਗੁਰਬਾਣੀ ਦੇ ਮੁਤਾਬਕ ਜੀਵਨ ਢਾਲਣਾ ਸਾਧ ਸੰਗਤ ਹੈ ਤੇ ਜੇ ਐਸਾ ਜੀਵਨ ਵਿੱਚ ਵਾਪਰ ਜਾਏ ਤੇ ਫਿਰ ਕਿਸੇ ਦੀ ਲੋੜ ਨਹੀਂ ਕੰਮ ਕਾਰ ਕਰਦੇ ਆ ਜਿੰਦਗੀ ਸਫਲ ਹੈ ਸਾਖਤ ਸੰਗ ਨਾ ਕੀਜੀਏ ਰੱਬ ਨਾਲੋਂ ਟੁੱਟਿਆ ਜਿਹੜਾ ਬੰਦਾ ਮਾਰੇ ਕੰਮ ਕਰਨ ਵਾਲਾ ਇਨਸਾਨ ਵਕਾਰੀ ਇਨਸਾਨ ਨਸ਼ਈ ਇਨਸਾਨ ਪੁੱਠੇ ਪਾਸੇ ਜੁੜਿਆ ਬੰਦਾ ਉਹਨਾਂ ਦੀ ਸੰਗਤ ਨਾਲ ਕੜੀ ਉਹ ਆਪ ਡੁੱਬੇ ਹੈ ਤੈਨੂੰ ਵੀ ਡੋਬਣਗੇ ਜਾਂ ਤੇ ਹੋਏ ਬਿਨਾ ਉਹਨਾਂ ਦੀ ਸੰਗਤ ਨਾਲ ਤੇਰਾ ਜੀਵਨ ਖਤਮ ਹੁੰਦਾ ਹੈ ਤੂੰ ਆਤਮਕ ਮੌਤੇ ਮਰੇਗਾ ਇਹ ਸਮਝਾਇਆ ਗਿਆ ਭੈੜਿਆਂ ਦੀ ਸੰਗਤ ਨਾ ਕਰਿਓ ਮਾਰਿਆਂ ਦੇ ਨਾਲ ਨਾ ਲੱਗਿਓ ਕਿਉਂਕਿ ਉਹ ਤੁਹਾਡਾ ਵੀ ਸਤਿਆਨਾਸ਼ ਕਰ ਦਿੰਦੇ ਐ ਆਪ ਤਾਂ ਡੁੱਬੇ ਹੁੰਦੇ ਜਿਵੇਂ ਕਿਸੇ ਨੇ ਕਿਹਾ ਆਪ ਤਾਂ ਡੁੱਬੀ ਬਾਹਮਣੀ ਜਜ਼ਮਾਨ ਵੀ ਡੋਬੇ ਆਪ ਡੁੱਬ ਗਈ ਜਜ਼ਮਾਨ ਵੀ ਡੋਬਲੇ ਕਬੀਰ ਜਗ ਮੈਂ ਚੇਤਿਓ ਜਾਣ ਕੈ ਜਗ ਮੈਂ ਰਹਿਓ ਸਮਾਇ ਅਗਲਾ ਸ਼ਲੋਕ ਕਹਿੰਦੇ ਨੇ ਕਬੀਰ ਸਾਹਿਬ ਕਹਿੰਦੇ ਨੇ ਕਿ ਮਨ ਵਾਸਤੇ ਸ਼ਾਂਤੀ ਦੀ ਜਿਹੜੀ ਜਗ੍ਹਾ ਐ ਸ਼ਾਂਤ ਜਿਹੜਾ ਜਿਤਰੀ ਚਾਹੁੰਦੇ ਆਪਾਂ ਸ਼ਾਂਤ ਰਹੀਏ ਜੀਵਨ ਵਿੱਚ ਸ਼ਾਂਤੀ ਆਵੇ ਜੀਵਨ ਵਿੱਚ ਸੁੱਖ ਸਕੂਨ ਆਵੇ ਕਬੀਰ ਸਾਹਿਬ ਕਹਿੰਦੇ ਉਹਦੇ ਲਈ ਪ੍ਰਮਾਤਮਾ ਦਾ ਨਾਮ ਹੀ ਇੱਕ ਪਿਆਰੀ ਜਗ੍ਹਾ ਹੈ ਸੋ ਜਿਨ੍ਹਾਂ ਨੇ ਜਗਤ ਵਿੱਚ ਜਨਮ ਲੈ ਕੇ ਉਸ ਪ੍ਰਮਾਤਮਾ ਨੂੰ ਇਉਂ ਪਛਾਣ ਕੇ ਕਿ ਉਹ ਸਾਰੇ ਸੰਸਾਰ ਵਿੱਚ ਵਿਆਪਕ ਹੈ ਉਹਦਾ ਸਿਮਰਨ ਕੀਤਾ ਉਹਨਾਂ ਨੂੰ ਹੀ ਇਸ ਸੰਸਾਰ ਵਿੱਚ ਜੰਮੇ ਸਮਝਣਾ ਚਾਹੀਦਾ ਉਹਨਾਂ ਦਾ ਹੀ ਜੰਮਣਾ ਸਫਲ ਹੈ ਉਹੀ ਸਾਧ ਹਨ ਤੇ ਉਹਨਾਂ ਦੀ ਸੰਗਤ ਹੀ ਸਾਧ ਸੰਗਤ ਹੈ ਗਲਤਾਂ ਗੁਰੂ ਦੀ ਹੋ ਰਹੀ ਹੈ ਇੱਥੇ ਦੇਖੋ ਜਦੋਂ ਸਾਨੂੰ ਇਸ ਗੱਲ ਦੀ ਸਮਝ ਲੱਗ ਗਈ ਕਿ ਪ੍ਰਮਾਤਮਾ ਸਭ ਜਗ੍ਹਾ ਤੇ ਵਿਆਪਕ ਹੈ ਹਰ ਜਗ੍ਹਾ ਤੇ ਵਸਦਾ ਸ਼ਲੋਕ ਜਾਣਿਓ ਜਗ ਮੈਂ ਚੇਤੇਓ ਜਿਨ੍ਹਾਂ ਨੇ ਸੰਸਾਰ ਵਿੱਚ ਜਨਮ ਲੈ ਕੇ ਪ੍ਰਮਾਤਮਾ ਨੂੰ ਜਾਣ ਲਿਆ ਜਾਣ ਕੈ ਉਹੀ ਪ੍ਰਮਾਤਮਾ ਦੇ ਮੁਤਾਬਕ ਇਸ ਦੁਨੀਆ 'ਚ ਜੰਮੇ ਆ ਇਸ ਸੰਸਾਰ ਵਿੱਚ ਆਏ ਸਫਲ ਹੈ ਜਿਨ੍ਹਾਂ ਨੂੰ ਸਮਝ ਲੱਗ ਗਈ ਸਾਰੀ ਕਾਇਨਾਤ ਪ੍ਰਮਾਤਮਾ ਦੀ ਸਾਜੀ ਹੈ ਉਹੀ ਪ੍ਰਮਾਤਮਾ ਸਾਰੀ ਕਾਇਨਾਤ ਵਿੱਚ ਵਸਦਾ ਹੈ ਜਗ ਮੈਂ ਰਹਿਓ ਸਮਾਏ ਸਤਗੁਰ ਕਹਿੰਦੇ ਉਹਨਾਂ ਦਾ ਹੀ ਆਇਆ ਹੋਇਆ ਜੰਮਣਾ ਇਸ ਦੁਨੀਆ 'ਚ ਸਫਲ ਹੈ ਜਿਨ੍ਹਾਂ ਨੂੰ ਸਮਝ ਲੱਗ ਚੁੱਕੀ ਹੈ ਕਿ ਪਰਮਾਤਮਾ ਸਾਰੀ ਕਾਇਨਾਤ ਵਿੱਚ ਵਸਦਾ ਹੈ ਜਿਨ ਹਰ ਕਾ ਨਾਮ ਨਾ ਚੇਤੇ ਉਹ ਬਾਦੇ ਜਨਮੇ ਆਏ ਪਰ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ ਉਹਨਾਂ ਦਾ ਜਨਮ ਵਿਅਰਥ ਹੈ ਉਹਨਾਂ ਦਾ ਜੰਮਣਾ ਹੀ ਨਸਫਲ ਹੈ ਹੁਣ ਗੱਲਾਂ ਤਾਂ ਬੜੀਆਂ ਵੱਡੀਆਂ ਨੇ ਪਰ ਜੇ ਪੱਲੇ ਪੈਣ ਜਨਮ ਤਾਂ ਪ ਲੈ ਲਿਆ ਜਨਮ ਲੈ ਕੇ ਅਖੀ ਤੱਕ ਇਸ ਜੀਵਨ ਨੂੰ ਵੀ ਵਰਤਿਆ ਪਰ ਜੀਵਨ ਨੂੰ ਸਮਝਿਆ ਹੀ ਨਹੀਂ 90 ਸਾਲ 100 ਸਾਲ ਉਮਰ ਹੋ ਗਈ ਮਾਇਨਾ ਨਹੀਂ ਲਾਈਫ ਦਾ ਸਮਝਿਆ ਤੇ ਇਸ ਦੁਨੀਆ ਚੋਂ ਦਾ ਫਾਇਦਾ ਕੀ ਕੋਈ ਲਾਭ ਨਹੀਂ ਅਸਫਲ ਹੈ ਜੀਵਨ ਤੇ ਕਬੀਰ ਸਾਹਿਬ ਕਹਿੰਦੇ ਇਸ ਲਈ ਪਿਆਰਿਓ ਆਪਾਂ ਹੋਰ ਹੀ ਇਸ਼ਾਵਾਂ ਤੇ ਆਸਾਂ ਦੇ ਪਿੱਛੇ ਦੌੜਦੇ ਰਹਿੰਦੇ ਆ ਪੱਲੇ ਬਣਿਓ ਕਬੀਰ ਆਸਾ ਕਰਿਏ ਰਾਮ ਕੀ ਆਓ ਪਿਆਰਿਓ ਇੱਕ ਪਰਮਾਤਮਾ ਦੀ ਆਸ ਰੱਖੀਏ ਉਦੇ ਉੱਤੇ ਆਪਣੀ ਨਿਗਾਹ ਟਿਕਾਈਏ ਅਵਰੇ ਆਸ ਨਿਰਾਸ਼ ਦੁਨੀਆ ਦੀਆਂ ਆਸਾਂ ਰੱਖੋਗੇ ਤੇ ਨਿਰਾਸ਼ਤਾ ਪੱਲੇ ਪਏਗੀ ਅਵਰੇ ਹੋਰ ਲੋਕਾਂ ਦੀਆਂ ਆਸਾਂ ਰੱਖੋਗੇ ਨਿਰਾਸ਼ ਹੋਵੋਗੇ ਨਿਰਾਸ਼ਤਾ ਪੱਲੇ ਪਏਗੀ ਦੁਨੀਆ ਧੋਖਾ ਦੀ ਦੇ ਜਾਂਦੀ ਹੈ ਨਰਕ ਪਰੇ ਤੇ ਮਨ ਨਹੀਂ ਜੋ ਹਰ ਨਾਮ ਉਦਾਸ ਜਿਹੜੇ ਬੰਦੇ ਪਰਮਾਤਮਾ ਵੱਲੋਂ ਮੂੰਹ ਮੋੜ ਲੈਂਦੇ ਐ ਉਹ ਸਮਝ ਲਓ ਨਰਕ ਵਿੱਚ ਪਏ ਰਹਿੰਦੇ ਐ ਤੇ ਸਦਾ ਦੁਖੀ ਰਹਿੰਦੇ ਆ ਕਬੀਰ ਸਾਹਿਬ ਦਾ ਬਚਨ ਪੱਲੇ ਬੰਨਿਓ ਸਦਾ ਉਹ ਲੋਕ ਦੁਖੀ ਰਹਿਣਗੇ ਨਰਕ ਵਿੱਚ ਪਏ ਰਹਿਣਗੇ ਜਿਹੜੇ ਲੋਕ ਰੱਬ ਦੀ ਆਸ ਛੱਡ ਕੇ ਦੁਨੀਆ ਦੀਆਂ ਆਸਾਂ ਉੱਤੇ ਜਿਉਂਦੇ ਰਹਿਣਗੇ ਤੇ ਰੱਬ ਵੱਲੋਂ ਮੂੰਹ ਮੋੜ ਕੇ ਰੱਖਣਗੇ ਸੋ ਆਓ ਇਹਨਾਂ ਬਚਨਾਂ ਨੂੰ ਆਪਣੇ ਪੱਲੇ ਬੰਨਿਏ ਤੇ ਕਬੀਰ ਸਾਹਿਬ ਦੇ ਇਹ ਜਿਹੜੇ ਸ਼ਬਦ ਨੇ ਆਪਣੇ ਜੀਵਨ ਦੇ ਵਿੱਚ ਢਾਲ ਲਈਏ ਤੇ ਲਾਈਫ ਸਟਾਈਲ ਗੁਰਬਾਣੀ ਮੁਤਾਬਕ ਬਣਾਈਏ ਤਾਂ ਕਿ ਸਾਡਾ ਜੰਮਣਾ ਸਫਲ ਹੋਏ ਸਾਡਾ ਆਉਣਾ ਸਫਲ ਹੋਏ 19 ਨੰਬਰ ਪਾਠ ਖਤਮ ਹੋਇਆ 95 ਸ਼ਲੋਕ ਸਮਾਪਤ ਹੋਏ ਅਰਦਾਸ ਹੈ ਕਿ ਵਾਹਿਗੁਰੂ ਕਿਰਪਾ ਕਰੇ ਆਗਾਮੀ ਮੇਰ ਪ੍ਰਿਆਤ ਕਰਕੇ ਤੇ ਆਪਾਂ ਇਹ ਵਿਚਾਰ ਕਰਦੇ ਰਹੀਏ ਜੀ ਨਾਨਕ ਨਾਮ ਚੜ ਦੀ ਕਲਾ ਤੇਰੇ ਬਾਣੀ ਸਰਬੱਤ ਦਾ ਪਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ